वाल्मीकि समाज की ओर से भगवान वाल्मीकि के प्रकाशोत्सव के उपलक्ष्य में वाल्मीकि चौक में हवन का आयोजन दीपक भट्टी और रमेश कट्टो की अध्यक्षता में किया गया, जिसमें बतौर मुख्य अतिथि के रूप में विधायक अमित विज, मेयर पन्नालाल भाटिया, शिरोमणि अकाली दल के जिला प्रधान सुरेंद्र सिंह मंटू, शिरोमणि अकाली दल और बसपा के सांझे उम्मीदवार राजकुमार गुप्ता, बिट्टू प्रधान, फास्टवे से जितेंद्र शर्मा, सीनियर डिप्टी मेयर विक्रम महाजन, पार्षद राकेश बबली, एडवोकेट ज्योति पाल, पीएनबी के प्रबंधक रविंद्र कुमार उपस्थित हुए, जिन्होंने मिलकर आहुतियां डाली और सर्व मंगल की कामना की। इसके पश्चात भंडारा भी आयोजित किया गया, जिसमें श्रद्धालुओं ने बढ़ चढ़कर भाग लिया और भंडारा ग्रहण किया और इस दिन की शुभकामनाएं देते हुए गणमान्य व्यक्तियों ने कहा। ਸਾਰਿਆਂ ਨੂੰ ਪੂਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਬਹੁਤ ਬਹੁਤ ਮੁਬਾਰਕਾਂ ਦਿੰਦਾ ਅਤੇ ਨਾਲ ਹੀ ਇਹੀ ਅਰਦਾਸ ਕਰਨਾ ਪ੍ਰਭੂ ਵਾਲਮੀਕਿ ਜੀ ਦੇ ਕਿ ਉਹਨਾਂ ਦੀ ਜਿੰਨੀਆਂ ਵੀ ਟੀਚਿੰਗਸ ਹੈ, ਜਿੰਨੀਆਂ ਵੀ ਸ਼ਿਕਸ਼ਾ ਹੈ ਔਰ ਜੋ ਉਹਨਾਂ ਨੇ ਆਪਣੇ ਸਾਡੇ ਸਾਰੇ ਸਮਾਜ ਵਾਸਤੇ ਦਿੱਤੀ ਦੀਆਂ, ਅਸੀਂ ਉਹਨਾਂ ਨੂੰ ਫੋਲੋ ਕਰੀਏ, ਉਹਨਾਂ ਦੇ ਉੱਪਰ ਚੱਲੀਏ, ਤਾਂ ਹੀ ਜਿਹੜਾ ਸਾਡਾ ਸਮਾਜ ਹੈ ਇੱਕ ਭਾਈਚਾਰਾ ਸਾਡਾ ਬਣਿਆ ਰਹੇਗਾ ਅਤੇ ਅਸੀਂ ਸਮਾਜ ਵਿੱਚ ਹਰ ਉਸ ਵਰਗ ਨੂੰ ਨਾਲ ਲੈ ਕੇ ਚੱਲ ਸਕਾਂਗੇ ਜਿਹਨੂੰ ਸਾਡੀ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਨਾਲ ਹੀ ਮੈਂ ਅਰਦਾਸ ਕਰਨਾ ਕਿ ਸਾਰੇ ਸਮਾਜ 'ਤੇ ਉਹਨਾਂ ਆਸ਼ੀਰਵਾਦ ਰਹੇ ਅਤੇ ਸਾਰਿਆਂ ਦੇ ਬੱਚੇ, ਬਜ਼ੁਰਗ, ਪੂਰਾ ਦੇਸ਼ ਤਰੱਕੀਆਂ 'ਚ ਰਹੇ। ਅੱਜ ਮੈਂ ਵਾਲਮੀਕਿ ਜਯੰਤੀ ਉੱਤੇ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਔਰ ਵਾਲਮੀਕਿ ਸਮਾਜ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ, ਵਧਾਈ ਦਿੰਦਾ ਔਰ ਮੈਂ ਇਹਨਾਂ ਸਾਰਿਆਂ ਦੇ ਅੱਗੇ, ਆਪਣੇ ਦੇਸ਼ ਵਾਸੀਆਂ ਅੱਗੇ ਅਪੀਲ ਕਰਦਾ, ਵਾਲਮੀਕਿ ਭਾਈਚਾਰੇ ਅੱਗੇ ਅਪੀਲ ਕਰਦਾ ਅਤੇ ਭਗਵਾਨ ਵਾਲਮੀਕਿ ਜੀ ਨੇ ਜੋ ਸੰਦੇਸ਼ ਸਾਰੇ ਦੇਸ਼ ਨੂੰ, ਸਾਰੇ ਸੰਸਾਰ ਨੂੰ ਦਿੱਤਾ, ਉਹਨੇ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲ ਕੇ ਅਸੀਂ ਸਾਰੇ ਆਪਣੇ ਜੀਵਨ ਨੂੰ ਸਫਲ ਬਣਾਈਏ। ਇੱਕ ਵਾਰੀ ਫਿਰ ਮੈਂ ਵਾਲਮੀਕਿ ਸਮਾਜ ਨੂੰ ਅਤੇ ਆਪਣੇ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਦਿਲ ਤੋਂ ਅੱਜ ਵਾਲਮੀਕਿ ਜਯੰਤੀ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਅੱਜ ਬਹੁਤ ਹੀ ਪਵਿੱਤਰ ਦਿਨ, ਸਾਰੀ ਦੁਨੀਆ ਹੀ ਗੁਰੂ ਮਹਾਰਾਜ ਵਾਲਮੀਕਿ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਗੁਰੂ ਮਹਾਰਾਜ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਹੀ ਸਮਾਜ ਨੂੰ ਇੱਕ ਰਸਤਾ ਦੱਸਤਾ ਸੀ। ਭਗਵਾਨ ਰਾਮ ਜੀ ਦੇ ਜਨਮ ਤੋਂ ਪਹਿਲਾਂ ਹੀ ਗੁਰੂ ਵਾਲਮੀਕਿ ਜੀ ਨੇ ਜੋ ਰਮਾਇਣ ਲਿਖ ਕੇ ਸਮਾਜ ਨੂੰ ਇੱਕ ਸੰਦੇਸ਼ ਦਿੱਤਾ ਸੀ। ਪਰਿਵਾਰਕ ਤੌਰ ਦੇ ਉੱਪਰ ਮਾਤਾ ਪਿਤਾ ਦੀ ਆਗਿਆ ਔਰ ਸਮਾਜ ਦੇ ਵਿੱਚ ਹਰ ਗੱਲ ਬੀਤਣ ਵਾਸਤੇ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਸੀ। ਅੱਜ ਉਸ ਗੁਰੂ ਮਹਾਰਾਜ ਦੇ ਸੰਦੇਸ਼ ਦੇ ਉੱਪਰ ਅਸੀਂ ਚੱਲੀਏ। ਉਹਨਾਂ ਨੂੰ ਇਹੋ ਹੀ ਅੱਜ ਦੇ ਇਸ ਜਨਮ ਦਿਹਾੜੇ ਦੇ ਉੱਪਰ ਮੈਂ ਸਾਰੇ ਸਮਾਜ ਨੂੰ, ਸਾਰੇ ਦੁਨੀਆ ਨੂੰ ਬਹੁਤ ਬਹੁਤ ਵਧਾਈ ਦਿੰਦਾ। ਜੋ ਗੁਰੂ ਮਹਾਰਾਜ ਨੇ ਸਾਨੂੰ ਸਮਾਜ ਨੂੰ ਰਸਤਾ ਦੱਸਿਆ, ਅਸੀਂ ਉਸ ਰਸਤੇ ਨੂੰ ਅਪਣਾਈਏ। ਬੋਲੀਏ ਗੁਰੂ ਵਾਲਮੀਕਿ ਮਹਾਰਾਜ ਕੀ ਜੈ। ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ 'ਤੇ ਵਾਲਮੀਕਿ ਚੌਂਕ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਐਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਜੀ ਨੇ ਔਰ ਸਮੂਹ ਵਾਲਮੀਕਿ ਸਮਾਜ ਦੇ ਨਾਲ ਮਿਲ ਕੇ ਅੱਜ ਲੰਗਰ ਦੀ ਸੇਵਾ ਕੀਤੀ ਹੈ। ਜਿਹੜੇ ਕੇਲੇ ਔਰ ਸੇਬਾਂ ਦਾ ਲੰਗਰ ਲਗਾਇਆ ਔਰ ਪੂਰੀ ਛੋਲੇ ਵੀ ਨਾਲ ਲਗਾਏ ਨੇ ਔਰ ਇਸ ਖੁਸ਼ੀ ਦੇ ਮੌਕੇ 'ਤੇ ਮੈਂ ਸਮੂਹ ਪਠਾਨਕੋਟ ਵਾਸੀਆਂ ਨੂੰ, ਸਮੂਹ ਦੇਸ਼ ਵਾਸੀਆਂ ਨੂੰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਪੁਰਬ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਭ ਦੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਸਾਰਾ ਖੁਸ਼ੀਆਂ ਭਰਿਆ ਸਾਰਾ ਦਾ ਸਾਲ ਹੈ, ਚੜ੍ਹਦੀ ਕਲਾ ਚਾਵੇ। ਸਾਰੇ ਸ਼ਹਿਰ ਵਾਸੀਆਂ ਨੂੰ ਜੈ ਵਾਲਮੀਕਿ, ਹਰ ਹਰ ਵਾਲਮੀਕਿ। ਅੱਜ ਦੇ ਇਸ ਸ਼ੁਭ ਦਿਹਾੜੇ ਦੇ ਉੱਤੇ ਸਾਡੇ ਵਾਲਮੀਕਿ ਸਮਾਜ ਔਰ ਹਿੰਦੁਸਤਾਨ ਦੇ ਵਿੱਚ ਅੱਜ ਪੂਰਾ ਵਾਲਮੀਕਿ ਸਮਾਜ ਵੱਲੋਂ ਉਹਨਾਂ ਦਾ ਪ੍ਰਗਟ ਦਿਵਸ ਜਿਹੜਾ ਬੜੇ ਹਰਸ਼ੋਲਾਸ ਨਾਲ ਮਨਾਇਆ ਜਾ ਰਿਹਾ ਵਾ ਔਰ ਸੰਗਤਾਂ ਜਿਹੜੀਆਂ ਵਾ ਲੰਗਰ ਛੱਕ ਰਹੀਆਂ ਵਾ, ਪ੍ਰਸ਼ਾਦ ਲੱਗਾ ਦਾ ਵਾ ਔਰ ਫਲ ਫਰੂਟ ਸਭ ਪ੍ਰਸ਼ਾਦ ਦੇ ਰਹੇ ਹਾਂ ਔਰ ਵਿਕਸਿਤ ਕਰ ਰਹੇ ਹਾਂ ਔਰ ਲੋਕਾਂ ਦੇ ਵਿੱਚ ਇੰਨੀ ਖੁਸ਼ੀ ਦੀ ਲਹਿਰ ਆ ਕਿ ਜਿਹੜਾ ਦਿਹਾੜਾ ਜਿਹੜਾ ਵਾ ਬੜੇ ਹੀ ਅਸੀਂ ਹਰਸ਼ੋਲਾਸ ਨਾਲ ਮਨਾਉਂਦੇ ਹਾਂ।
और असी आने वाले टाइम के शुभकामनावां दिंदे हां लोगों नूं कि जिस तरह साडा दिहाड़ा और बड़ा ही वधिया तरीके नाल मनाया गया, क्योंकि इस दे विच प्रभु वाल्मीकि महाराज जी ने एक इहो जिहा साडे ते सानूं शक्ति दित्ती आ कि जिहदे नाल साडे कोरोना दे पीड़ित जिहड़े लोग सी उहनां नूं बड़ी रिलीफ मिली आ और उहदे विच लोगों के मेल जोल वध्या, लोगों के विआह शादियां लोगों के जिहड़े मंगल कार्य ही वह बड़े शुभ तरीके नाल होए आ, जिस तरह के नवरात्रे दशहरा ये साडा जिहड़ा साडियां सेहत दीआं अच्छियां जिहड़ियां सानूं एक संदेश मिलदा कि जिहड़ा धार्मिक कम्मां दे नाल सानूं जिन्ने भी अं धार्मिक कम्मां च हिस्सा लैंदे आ उहदे नाल जिहड़ी साडी सुख शांति और जिहड़ा लोगों दीआं सेहत दीआं शुभकामनावां मैं सारिआं नूं अपने वालों और अपने समाज वालों वाल्मीकि जयंती दीआं शुभकामनावां दिंदा होइआ सारिआं नूं जय वाल्मीकि हर हर वाल्मीकि जय जय वाल्मीकि हर हर वाल्मीकि। अज भगवान वाल्मीकि जी दे प्रगट दिवस ते पंजाब नैशनल बैंक माडल टाउन वालों उन्हां दे भगवान वाल्मीकि दे चरणां च अपने श्रद्धा दे सुमन फल दे रूप च अर्पित किए गए ने। भगवान वाल्मीकि जी जिन्हां ने इस दुनिया से अपना करुणामयी रामायण लिख के भगवान राम को इस धरती से भेजा और उन्होंने शुभ कार्य के चलते हुए जेडे अज पूरे शहर वासी साडे एम सी गणेश जी गांधी महला तो मेरा पी एन बी स्टाफ साडे सीनियर मैनेजर और मेरे जिन्हें भी प्रधान साहबान दीपक भट्टी जी सारे शामिल होए हैं, मैं सारिआं नूं भगवान वाल्मीकि जी के प्रगट दिवस से सारिआं नूं शुभकामना देना ते ताकि भगवान वाल्मीकि जी का साडे भारत देश से साडे पंजाब से साडे होर भरावां दे दया की दृष्टि रहे, हर तरह बहुत वधिया तरह नाल तरक्की करे। जय जय वाल्मीकि हर हर वाल्मीकि। अज साडे श्री महारिषि वाल्मीकि जयंती उत्ते असी अज झंडे की रस्म अदा की आ, जिस विच साडे शहर के विधायक श्री अमित विज जी और साडे नगर निगम के साडे मेयर साहब सीनियर डिप्टी मेयर साडे विक्रम आए जी जिन्होंने शिकर की साडे वार्ड के गणेश एम सी जी वो भी इत्थे आए आ और मैं अपने वालों और अपनी समूची टीम वालों पूरे शहर वासियों को श्री महारिषि वाल्मीकि जी दे मुबारकबाद दिना और इस तरह आस रखना भी हर साल की तरह ही ये त्यौहार बड़े धूमधाम के नाल मनाइए। जय जय महारिषि वाल्मीकि हर हर वाल्मीकि। वाल्मीकि महाराज जी के प्रगट दिवस की बहुत ज़्यादा बधाई हो जी पूरे देश वासियों को। भगवान वाल्मीकि महाराज जी ने लव कुश नूं भगवान राम के पुत्रां नूं फ्री जिहड़ी शिक्षा दित्ती, शिक्षा दे के उन्हां नूं बलवान बनाया जिहदे करके वह बलशाली बने, उन्होंने धरती के उत्ते नां कमाया। भगवान वाल्मीकि महाराज जी ने माता सीता की रक्षा की, नारी नूं सम्मान दिता। साडा ये हुण भारत के संविधान के बाबा साहब डॉक्टर भीम राव अंबेडकर जी ने जिहड़े राइट टू एजुकेशन आर्टिकल 21 दिता आ वो सानू दसदा आ कि सारे बच्चों फ्री एजुकेशन होनी चाहिए। गल तो उही आ जो भगवान वाल्मीकि महाराज जी ने कहा सारू एजुकेशन फ्री करो, हर बच्चे चाहे प्राइवेट स्कूल है चाहे गवर्नमेंट स्कूल है फ्री एजुकेशन कर दो। जो फॉरन कर रहे भगवान वाल्मीकि महाराज की गल मन के, बाबा साहब अंबेडकर की गल मन के तुम क्यों नहीं करते, नारी को सम्मान देवो। माता सीता की रक्षा की आ, सारी दुनिया को पता है कि माता सीता की रक्षा भगवान वाल्मीकि महाराज ने की आ, सानू भी जी हर नारी साढ़े लिए माता सीता आ, हर जी नारी आ साडे भैन के तौर पर जी आ हर नारी नू एक पत्नी का दर्जा जिहड़ा आ जिस तरह रामायण दे विच दित्ता आ पूरी इज्जत माण होनी चाहीदी आ। यही भगवान वाल्मीकि जी का मैसेज आ, यही बाबा साहब अंबेडकर का मैसेज आ, यही साडे सारिआं दा जिहड़ा मैसेज आ। जिस तरीके दे नाल रामायण दे विच कहिंदे भगवान राम ने अपनी लीला रचाई आ, यह सारी भगवान वाल्मीकि महाराज ने 1000 साल पहले लिख दित्ती। सानू भी भारत वासियों नू अपनी जिंदगी अजिहे तरीके नाल बतीत करनी चाहीदी आ। मेरे दोस्तों सानू रल मिल के भारत नू वधिया बनाना चाहीदा आ। धन्यवाद जी सारिआं नू, जय वाल्मीकि हर हर वाल्मीकि। जिला पठानकोट का एकमात्र मल्टी स्पेशलिटी हॉस्पिटल व कॉलेज, 24 घंटे एम्बुलेंस सुविधा उपलब्ध, डेडिकेटेड कोरोना वार्ड, एक्सपीरियंस्ड स्टाफ,
वाइट मेडिकल कॉलेज भुंगल नियर DLM रिसोर्ट पठानकोट। फास्टवे पठानकोट की हर खबर को सोशल मीडिया पर देखने के लिए आप फास्टवे न्यूज पठानकोट के YouTube चैनल, Facebook पेज को लाइक कीजिए, ट्विटर और इंस्टाग्राम पेज को फॉलो कीजिए और फास्टवे न्यूज पठानकोट YouTube चैनल को सब्सक्राइब करना ना भूलें।